ਦਾਦਾ ਦਾ ਨਾਮ ਕੁਲਦੀਪ ਆ 13 ਸਾਲ ਦੀ ਇਹਦੀ ਉਮਰ ਸੀ ਇਹ ਦੱਸ ਰਹੇ ਇਹਨਾਂ ਦੇ ਫਾਦਰ ਕਿ 13 ਸਾਲ ਤੋਂ ਇਸ ਬੱਚੇ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੋਈ ਸੀ ਪਾਸਾ ਜੀ ਇਹਨਾਂ ਦਾ ਇੱਕ ਬੱਚਾ ਸੀਗਾ ਉਹਦੀ ਡੈਥ ਹੋ ਗਈ ਉਹ ਤੋਂ ਨੈਕਸਟ ਡੇ ਪਾਸਾ ਜੀ ਇਸ ਬੱਚੇ ਨੂੰ ਦਾ ਅਟੈਕ ਹੋਇਆ ਕਿ ਇਹਦੀਆਂ ਅੱਖਾਂ ਬਿਲਕੁਲ ਜਿਸ ਤਰ੍ਹਾਂ ਕੋਈ ਅਤਮਰਾ ਹੁੰਦਾ ਪਾਸਾ ਜੀ ਇਸ ਬੱਚੇ ਦੀਆਂ ਅੱਖਾਂ ਬਿਲਕੁਲ ਮਤਲਬ ਖੁੱਲ ਗਈਆਂ ਔਰ ਇਸ ਬੱਚੇ ਦੇ ਪੱਤ ਪੈਰ ਜਿਹੜੇ ਸੀ ਉਹ ਟੇਟੇ ਹੋ ਗਏ ਬਿਲਕੁਲ ਉਹਦੇ ਵਿੱਚ ਕੋਈ ਜਾਨ ਨਹੀਂ ਸੀ ਪਾਸਾ ਜੀ ਔਰ ਇਹ ਦੱਸ ਰਿਹਾ ਕਿ ਮੂੰਹ ਦੇ ਵਿੱਚੋਂ ਝੱਗ ਨਿਕਲਣੀ ਸਟਾਰਟ ਹੋ ਗਈ ਔਰ ਬੱਚੇ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਸਾਹ ਜਿਹੜਾ ਰੁਕ-ਰੁਕ ਕੇ ਆ ਰਿਹਾ ਔਰ ਇਹਨਾਂ ਦੀ ਫੈਮਿਲੀ ਇਹਨਾਂ ਦੇ ਪੇਰੈਂਟਸ ਸਾਰੇ ਰਿਸ਼ਤੇਦਾਰ ਇਦਾਂ ਕਹਿੰਦੇ ਸੀ ਵੀ ਕਿਸੇ ਵੀ ਸਮੇਂ ਇਸ ਬੱਚੇ ਦੀ ਡੈਥ ਹੋ ਜਾਣੀ ਆ ਪਾਸਾ ਜੀ ਇਹ ਉਸੇ ਸਮੇਂ ਜਦੋਂ ਇਹਨਾਂ ਨੂੰ ਇਹ ਅਟੈਕ ਹੋਇਆ ਇਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਡਾਕਟਰ ਨੇ ਇੰਜੈਕਸ਼ਨ ਲਗਾਏ ਮੈਡੀਸਿਨ ਖਾਦੀ ਕੋਈ ਆਰਾਮ ਨਹੀਂ ਰਿਹਾ ਪਾਸਾ ਜੀ ਇਹਨਾਂ ਰਾਤ ਵੀ ਇਸੇ ਤਰ੍ਹਾਂ ਰਹਿੰਦਾ ਸੀ ਇਹ ਦੱਸ ਰਿਹਾ ਕਿ ਇਹਨਾਂ ਦੀ ਫੈਮਿਲੀ ਪੂਰੀ ਤਰ੍ਹਾਂ ਰੋ ਰਹੀ ਸੀ ਉਹ ਦੱਸ ਰਹੇ ਸੀ ਕਿਸੇ ਵੀ ਟਾਈਮ ਬੱਚੇ ਦੇ ਸਾਹ ਜਿਹੜੇ ਬੰਦ ਹੋ ਜਾਣੇ ਬੱਚੇ ਦੀ ਡੈਥ ਹੋ ਜਾਣੀ ਆ ਪੂਰੀ ਫੈਮਿਲੀ ਰੋ ਰਹੀ ਸੀ ਪਾਸਾ ਜੀ ਕਿਸੇ ਨੇ ਇਹਨਾਂ ਨੂੰ ਪ੍ਰਭੂ ਦੇ ਵਚਨ ਦੇ ਬਾਰੇ ਦੱਸਿਆ ਔਰ ਚਰਚ ਦੇ ਬਾਰੇ ਦੱਸਿਆ ਤੀਸਰੇ ਦਿਨ ਹੈ ਔਰ ਚਰਚ ਦੇ ਵਿੱਚ ਲੈ ਕੇ ਆਏ ਲਗਾਤਾਰ ਇਸੇ ਤਰ੍ਹਾਂ ਬੱਚੇ ਨੂੰ ਰਸਤੇ ਦੇ ਵਿੱਚ ਵੀ ਇਸੇ ਤਰ੍ਹਾਂ ਸੀ ਜਿਸ ਤਰ੍ਹਾਂ ਕੋਈ ਅਤਮਰਾ ਹੁੰਦਾ ਪਾਸਾ ਜੀ ਇਸੇ ਤਰ੍ਹਾਂ ਜਦੋਂ ਹੀ ਭਵਨ ਦੇ ਵਿੱਚ ਲੈ ਕੇ ਆਏ ਫਸਟ ਟਾਈਮ ਆਏ ਸੀ ਇਹਨਾਂ ਦੇ ਉੱਤੇ ਲੇਹਡ ਹੋਇਆ ਬਿਲਕੁਲ ਖੁਦਾ ਨੇ ਨਿਆ ਜੀਵਨ ਦੇ 2 ਜੁਲਾਈ ਨੂੰ ਇਹ ਚਰਚ ਦੇ ਵਿੱਚ ਲੈ ਕੇ ਆਏ ਸੀ ਔਰ ਅੱਜ ਹੋ ਗਿਆ ਬਸ ਜੀ ਕੋਈ ਅਟੈਕ ਨਹੀਂ ਹੈ ਬੱਚਾ ਬਿਲਕੁਲ ਫ੍ਰੀ ਹੋ ਚੁੱਕਾ ਆ ਫਸਟ ਟਾਈਮ ਖੁਦਾ ਦੇ ਆਤਮਾ ਨੇ ਇਹਨਾਂ ਨੂੰ ਛੂਇਆ ਨਾ ਕੇ ਲਾਤ ਮੇ ਤਾਂ ਆਪ ਕੋ ਕਿੰਨੇ ਪਰੇਸ਼ਾਨ ਤੇ ਆਪ ਕਿੰਨੇ ਦੁਖੀ ਤੇ ਬਹੁਤ ਜ਼ਿਆਦਾ ਪਰੇਸ਼ਾਨ ਦਾ ਤੇ ਚੱਕਰ ਆਨੇ ਲਗੇ ਮੂੰਹ ਸੇ ਝਾਗ ਆਨੇ ਲਗੇ ਯਾਨੀ ਇਹ ਵੀ ਹੋਚਕੀ ਲੈਣੇ ਲਗਾ ਇਹ ਸੋਚਾ ਬਾਕੀ ਰਿਸ਼ਤੇਦਾਰ ਮੌਤ ਮੇ ਆਏ ਹੋਏ ਤੇ ਉਹ ਕਹਿ ਰਹੇ ਇਹ ਵੀ ਲੜਕਾ ਗਿਆ ਇਸ ਦਾ ਇੰਤਜ਼ਾਮ ਕਰ ਰੁਕਾ ਹੂੰ ਫਿਰ ਡਾਕਟਰ ਕੇ ਪਾਸ ਲੈ ਕੇ ਪਹੁੰਚੇ ਡਾਕਟਰ ਨੇ ਦਵਾਈ ਦਿੱਤੀ ਕਹਿੰਦੇ ਇਹ ਠੀਕ ਹੋ ਜਾਊਗਾ ਇਹਨੂੰ ਕੋਈ ਆਰਾਮ ਨਹੀਂ ਆਇਆ ਸ਼ੈਤਾਨ ਦਾ ਇੱਕ ਅਟੈਕ ਸੀ ਪਰ ਆਪ ਚਰਚ ਮੇ ਆ ਗਏ ਸੇਫ ਹੋ ਗਏ ਇਸੇ ਕੋਈ ਆਰਾਮ ਨਹੀਂ ਆਇਆ ਵੀ ਇਹ ਬੋਲੀ ਵਹਾਂ ਪੇ ਲੈ ਚਲੋ ਫਿਰ ਹਮ ਉਸੀ ਟਾਈਮ ਇਸਕੋ ਲੈ ਕੇ ਹਾਂ ਆਏ ਆਨੇ ਕੇ ਬਾਅਦ ਮੇ ਇਧਰ ਨਾਚਾ ਵੀ ਹੈ ਖੇਲਾ ਵੀ ਕੂਦਾ ਵੀ ਹੈ ਕੋਈ ਦਿੱਕਤ ਕੋਈ ਪਰੇਸ਼ਾਨੀ ਆਜ ਤੱਕ ਨਹੀਂ ਆਈ 2 ਤਰੀਕ ਕੋ ਇਸੇ ਲੈ ਕੇ ਆਏ ਥੇ ਹਮ